ਜੁੱਤੀ ਥੱਲੇ ਡਾ ਦੇ ਚਾਮਾ ਨਾਲ ਵੇਖੋ ਗੁੰਦ ਮੇ ਸਰੀਰਾਂ ਨੂੰ ਸ਼ਿੰਗਾਰ ਦੇ ਕਹਿੰਦੇ ਪੰਮਾ ਮਾਝੇ ਦਾ ਮਜਾਇਲ ਹੈ ਵਾਕਿਆ ਵੱਡੀ ਚੱਸ ਕਰਦੇ ਆ ਪਠਾਨਕੋਟ ਤੋਂ ਲੈ ਕੇ ਜੰਮੂ ਦਾ ਜਿਹੜਾ ਏਰੀਆ ਜਿੰਨੀਆਂ ਛਿੰਝਾਂ ਹੁੰਦੀਆਂ ਤਕਰੀਬਨ ਜ਼ਿਆਦਾਤਰ ਝੰਡੀਆਂ ਲੈਣ ਵਾਲਾ ਪੰਮਾ ਪਹਿਲਵਾਨ ਉੱਧਰ ਉੱਧਰ ਸਾਡੇ ਬਹੁਤ ਹੀ ਸਤਿਕਾਰਯੋਗ ਛੰਮੀ ਪਹਿਲਵਾਨ ਜੀ ਹੋਰਾਂ ਦਾ ਲਖਤ ਜਿਗਰ ਇਹ ਹੈ ਗੌਰਵ ਮਾਛੀ ਵਾਲੇ ਵਾਲਾ ਕਹਿੰਦੇ ਜਿਹੜਾ ਸ਼ਿਗਰ ਦਾ ਦਲਜੀਤ ਪਹਿਲਵਾਨ ਦਾ ਵੱਡੀਆਂ ਸਵਾਮਾਂ ਕਹਿੰਦੇ ਪਾਲੀ ਮੇਰਾ ਵੀਰ ਦਿੰਦਾ ਉਸ ਅਖਾੜੇ ਦੇ ਵਿੱਚ ਚਿੰਨੀ ਕਬੈੜੀ ਤੋਂ ਅਰੋਡਾ ਅਭੀ ਪ੍ਰਿਆ ਬੱਲੂ ਮਿਰਜਾਪੁਰ ਨਾਲੀ ਰਵੀ ਚੌਧਰੀ ਰਾਏ ਕੁਬਾੜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰ ਚੱਲਦੀਆਂ ਹੋਈਆਂ ਕੁਸ਼ਤੀਆਂ ਤੱਕਣ ਯੁੱਗ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦੇ ਦਰਮਿਆਨ ਉੱਧਰ ਬਾਣਕ ਪ੍ਰਿਆ ਜੱਗੇ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲੀ ਬਲਕਾਰ ਮਾਵੀ ਵੱਡੇ ਮਾਰਸ ਮੈਨਾਂ ਬੋਲਣ ਲਈ ਪੌਦੇ ਕਰਦਾ ਵੀਰ ਉੱਥੇ ਹੀ ਕਹਿੰਦੇ ਅੱਜ ਦੇ ਸਦੰਗ ਲਈ ਵੀ ਵੱਡੇ ਸਹਿਯੋਗ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੌਦਾਗਰ ਜੀ ਸਰਪੰਚ ਸਾਹਿਬ ਹੁਸ਼ਿਆਰਪੁਰ ਵਾਲੇ ਉਹ ਵੀ ਆਨੰਦ ਲੈ ਰਹੇ ਨੇ ਜਗਤਾਰ ਸਿੰਘ ਜੀ ਕਾਲਾ ਹੁਸ਼ਿਆਰਪੁਰੀਆ ਸਰਮੁਖ ਸਿੰਘ ਜੀ ਪੱਪੀ ਸਰਪੰਚ ਨੇ ਨਗਰ ਰਾਣੀ ਮਾਜਰੇ ਦੇ ਤੇ ਜੀ ਰਾਣੀ ਮਾਜਰੇ ਵਾਲਾ ਨਾਲੀ ਵੀ ਬਹੁਤ ਹੀ ਸਤਿਕਾਰਯੋਗ ਹਰਜਿੰਦਰ ਸਿੰਘ ਜੀ ਮੋਹਨੋ ਸਰਪੰਚ ਸਾਹਿਬ ਸਾਰੇ ਵੀ ਚੇਚੇ ਤੌਰ ਤੇ ਪੁੱਜੇ ਹੋਏ ਨੇ ਉੱਥੇ ਮਨਦੀਪ ਧਾਲੀਵਾਲ ਗਗਨ ਹੋਰਾਂ ਦੀ ਟੀਮ ਇਹ ਵੀ ਉਚੇਚੇ ਤੌਰ ਤੇ ਪੁੱਜੀ ਹੋਈ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉੱਧਰ ਢਿੱਲੋ ਸਟੂਡੀਓ ਕਹਿੰਦੇ ਅੱਜ ਇਸ ਦੰਗਲ ਲਈ ਫ੍ਰੀ ਸੇਵਾ ਕਰ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਦੇਸ਼ ਸਾਊਂਡ ਬੱਬੂ ਮੇਰਾ ਵੀਰ ਖੇਦਰਾਵਾਦੀਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਹਿੰਦੇ ਬੱਬੂ ਬੜੇ ਨਿੱਘੇ ਸੁਭਾਅ ਦਾ ਮਾਲਕ ਹੈ ਉਹਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉੱਥੇ ਜਿਸ ਵੀਰ ਨੇ ਅਭੀਪੁਰ ਵਾਲੇ ਨੇ ਟੈਂਟ ਦੀ ਸੇਵਾ ਦਿੱਤੀ ਹੈ ਉਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਹ ਵੀ ਕਹਿੰਦੇ ਚੀਜ਼ਾਂ ਜਿਹੜੀਆਂ ਸੇਵਾ ਦੇ ਵਿੱਚ ਨੇ ਕਿਉਂਕਿ ਪਿਆਰ ਹੈ ਨਾ ਵੀਰਾਂ ਨਾਲ ਪਿਆਰ ਹੈ ਚੰਨਪ੍ਰੀਤ ਹੋਰਾਂ ਦੀ ਸਾਰੀ ਟੀਮ ਦੇ ਨਾਲ ਜਾਦ ਹੋਰਾਂ ਦੇ ਨਾਲ ਸਾਰਿਆਂ ਨਾਲ ਪਿਆਰ ਹੈ ਤੇ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਵਾਕਿਆ ਆਰ ਪਾਰ ਦੀ ਕੁਸ਼ਤੀ ਹੈ ਆਰ ਪਾਰ ਦੀ ਕੁਸ਼ਤੀ ਹੈ ਉੱਥੇ ਪ੍ਰੈਸ ਤੋਂ ਮੁਖਤਾਰ ਮੁਹੰਮਦ ਪੰਜਾਬੀ ਜਾਗਰਣ ਪੇਪਰ ਤੋਂ ਇਹ ਵੀ ਚੇਚੇ ਤੌਰ ਤੇ ਪੁੱਜੇ ਹੋਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਜੀਆਂ ਦਾ ਆ ਬੱਲੇ 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 ਨਹੀਂ ਰਿਸ਼ਾ ਇੱਕ ਵਾਰ ਤਾੜੀਆਂ ਲਾ ਦੇ ਜਾਗਰ ਵਾਹ ਵੀ ਵਾਹ ਨਹੀਂ ਉਹ ਰਿਸ਼ਾ ਚੱਲਦੀ ਹੋਈ ਕੁਸ਼ਤੀ ਕਹਿੰਦੇ ਖੱਗਾ ਭਰਨ ਦੀ ਕੋਸ਼ਿਸ਼ ਕਰਦਾ ਆ ਜਿਹੜਾ ਨੌਜਵਾਨ ਹੈ ਇਹ ਡੇਰੇ ਵਾਲਾ ਪੰਮਾ ਏ ਕਹਿੰਦੇ ਬਾਰਡਰ ਦਾ ਏਰੀਆ ਪੈ ਜਾਂਦਾ ਹੈ ਡੇਰਾ ਬਾਬਾ ਨਾਨਕ ਕਹਿੰਦੇ ਬਾਰਡਰ ਦਾ ਏਰੀਆ ਪੈ ਜਾਂਦਾ ਹੈ ਵਾਕਿਆ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਇਹਨਾਂ ਗੱਭਰੂਆਂ ਦਰਮਿਆਨ ਤੁਹਾਡੇ ਇਲਾਕੇ 'ਚ ਕਹਿੰਦੇ ਵਾਕਿਆ ਚੋਟੀ ਦਾ ਦੰਗਲ ਹੋਣਾ ਅਭੀ ਪਰ ਤਰੀਕ 18 ਪੰਮਾ ਏ ਵਧਾਈਆਂ ਚੰਦਪ੍ਰੀਤ ਸਾਰੀਆਂ ਕੁਸ਼ਤੀ